Oh, hello, 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 guys. What's up, guys? Hello, my name is Vishal. You can call me OG. आप आ चुके हैं OG Reaction के YouTube channel पे. So first of all, सीधा पंजाबी जा रहे हैं भाई. नवाज संधू की तरफ तो एक गाना जस्ट रिलीज होया. गाने का नाम है Sit Down Son. And गाने दे सानू टाइटल तो ही पता लग रहा है. Kind of diss track, kind of diss track and kind of warning to anybody else. Okay, so bro, Sit Down Son. ਕ੍ਰੇਜ਼ੀ 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 ਹੋ ਸਕਦਾ ਐਂਡ ਵੀ ਆਲ ਨੋ ਲਾਈਕ ਕਿ ਨਵਾਜ਼ ਸੰਧੂ ਦੇ ਕਿਆ ਨਾਮ ਉਹਦਾ ਬੰਦੇ ਦਾ ਯਾਰ ਪ੍ਰੇਮ ਢਿੱਲੋਂ ਦੇ ਨਾਲ ਬੜੀ ਦੇਰ ਤੋਂ ਲਾਈਕ ਕਾਇੰਡ ਆਫ ਕੁਝ ਇੱਦਾਂ ਦੇ ਇੱਕ ਦੂਜੇ ਨੂੰ ਸ਼ੋਰਟ ਸਬਲੀਮਿਨਲਸ ਇੱਕ ਦੂਜੇ ਨੂੰ ਦੇ ਰਿਹਾ ਬੜੀ ਦੇਰ ਹੋ ਗਈ ਆ ਬਟ ਨਾਓ ਵੀ ਹੈਵ ਟੂ ਚੈੱਕ ਨਵਾਜ਼ ਸੰਧੂ ਨੇ ਕਿਆ ਰਿਪਲਾਈ ਕੀਤਾ ਹੋ ਸਕਦਾ ਹੈ ਇਹ ਲਾਈਕ ਪ੍ਰੇਮ ਢਿੱਲੋਂ ਦੇ ਲਈ ਹੋਵੇ ਬਟ Let's check and let's go with it. Hello, you all know. Welcome back to this channel and go. Yo. Oh, like, beat, jadon Kendrick da, they're not like us. Us time te jadon na kuch idda da hi, matlab udda bhi kuch starting idda di hai. Like, they're not like us di, hana? Like, it's kind of brutal. Let's check, yo. Yo, Nawaz Sandhu. ਹੋ ਮਰਦਾਨ ਕਿੱਥੇ ਆਉਂਦੀ ਕਿਸੇ ਟਾਵੇਂ ਟਾਵੇਂ ਨੂੰ ਤੇ ਮੁੱਲ ਲੈ ਕੇ ਬਸ ਮਾ ਕੋ ਗੱਲ ਨਾ ਬਣੇ ਕਿਸੇ ਜਿੱਦੀ ਪਲਵਾਨ ਵਾਂਗੂ ਮਿਹਨਤ ਮੈਂ ਮਾਰੀ ਤਾਈਓ ਗੱਭਰੂ ਦੇ ਮੂਰੇ ਕੋਈ ਹਿੱਕ ਨਾ ਤੜੇ ਮੈਂ ਕੱਲਾ ਦੁੱਲੇ ਬੱਗੇ ਵਾਂਗ ਪਿੱਛ ਸਾਂਭਦਾ ਤਾਂ ਵੀ ਫੜ ਨਹੀਂ ਹੁੰਦਾ ਭਾਵੇਂ ਚਾਰ ਲੱਗਦੇ ਨੀ ਮੈਂ ਸਾਨ ਵਾਂਗੂ ਐਰੀਆਂ ਤੇ ਫਿਰਾ ਚੜਦਾ ਹੋ ਨੀ ਮੈਂ ਸਾਨ ਵਾਂਗੂ ਐਰੀਆਂ ਤੇ ਫਿਰਾ ਚੜਦਾ ਇਹ ਚੱਡੀਆਂ ਚ ਪੁੱਛਾਂ ਲੈ ਕੇ ਜਾਣ ਦੱਬਦੇ ਨੀ ਮੈਂ ਸਾਨ ਵਾਂਗੂ ਹੁਣ ਭੱਜਾ ਫਿਰੇ ਮਦਦ ਲਈ ਕਲਾਕਾਰਾਂ ਤੋਂ ਨੀ ਵੇਖੂ ਕਿਹੜਾ ਲੈਂਦਾ ਮੁੱਲ ਵਹਿਰ ਜੱਟੀਏ ਪਹਿਲਾਂ ਤਾਂ ਮੈਂ ਲਿਖਦਾ ਸੀ ਲਹਿਰ ਬਣ ਕੇ ਤੇ ਹੁਣ ਲਿਖਦਾ ਆ ਪੀ ਕੇ ਯਾਰ ਜੱਟੀਏ ਮੈਂ ਚੁੱਪ ਵਿੱਚੋਂ ਲਾਈਕ ਕਹਿੰਦਾ ਕਿ ਲੋਕਾਂ ਕੋਲ ਭੱਜਦਾ ਫਿਰਦਾ ਕਲਾਕਾਰਾਂ ਕੋਲ ਹੈਲਪ ਲੈਣ ਵਾਸਤੇ ਹੁਣ ਦੇਖਦਾ ਕਿਹਦਾ ਲੈਂਦਾ ਵੈਰ ਮੁੱਲ ਕਿਹੜਾ ਲੈਂਦਾ ਲਾਈਕ ਪਹਿਲਾਂ ਤਾਂ ਮੈਂ ਲਿਖਦਾ ਸੀ ਲਹਿਰ ਜੱਟੀਏ ਪਰ ਹੁਣ ਲਿਖਦਾ ਆ ਪੀ ਕੇ ਯਾਰ ਜੱਟੀਏ ਯਾਰ ਲਹਿਰ ਬਣ ਕੇ ਤੇ ਹੁਣ ਲਿਖਦਾ ਆ ਪੀ ਕੇ ਯਾਰ ਜੱਟੀਏ ਮੈਂ ਜੇਬ ਵਿੱਚੋਂ ਕਦਾ ਇਹਨੂੰ ਬਾਹਰ ਕੱਢਿਆ ਨਹੀਂ ਇਹ ਮੇਰੀ ਅੱਖੀ ਆਕੜੇ ਦਿਖਾਉਣ ਨੂੰ ਫਿਰੇ ਚਾਰ ਫੁੱਟ ਦਾ ਖਡਾਉਣਾ ਓ ਸ਼ਿਟ ਕਹਿੰਦਾ ਮੈਂ ਜੇਬ ਵਿੱਚੋਂ ਕਦਾ ਇਹਨੂੰ ਬਾਹਰ ਬਣ ਕੇ ਤੇ ਹੁਣ ਲਿਖਦਾ ਆ ਪੀ ਕੇ ਯਾਰ ਮੈਂ ਜੇਬ ਵਿੱਚੋਂ ਕਦਾ ਇਹਨੂੰ ਬਾਹਰ ਕੱਢਿਆ ਨਹੀਂ ਇਹ ਮੇਰੀ ਅੱਗੀ ਆਕੜੇ ਦਿਖਾਉਣ ਨੂੰ ਫਿਰੇ ਚਾਰ ਫੁੱਟ ਦਾ ਖਡਾਉਣਾ ਜਿਹਾ ਮਾਂਜ ਧਰਤਾ ਨਹੀਂ ਹੁਣ ਪੇਟੇ ਪਿਆ ਨਾਗ ਗਲਣ ਹੋਣ ਨੂੰ ਹੋ ਇੰਨਾ ਈਜ਼ੀ ਕਿੱਥੇ ਗੱਭਰੂ ਨੂੰ ਚਿੱਤ ਕਰਨਾ ਨਿੱਕੇ ਚੱਲਣਾ ਚਲਾਉਣਾ ਹੁੰਦਾ ਹੱਥ ਰੱਬ ਦੇ ਨੀ ਮੈਂ ਸਾਨ ਵਾਂਗੂ ਵੈਰੀਆਂ ਤੇ ਫਿਰਾ ਚੜਦਾ ਨਾ ਮੈਂ ਤਾਂ ਬੇਜੀ ਦੱਸਾਂ ਜਦੋਂ ਫਰਸਟ ਟਾਈਮ ਇਹ ਹੁੱਕ ਡ੍ਰੌਪ ਹੋਇਆ ਨਾ ਆਈਲ ਥਾਟ ਕਿ ਭਾਈ ਇਹ ਇੱਕ ਕਾਈਂਡ ਆਫ ਮਤਲਬ ਨੋਰਮਲ ਜਾਂ ਫਿਰ ਇੱਕ ਜਾਂ ਕੈਜੂਅਲੀ ਜਿਹੜਾ ਬੰਦਾ ਗਾਣਾ ਗਾ ਰਿਹਾ ਹੈ ਮਤਲਬ ਕੈਜੂਅਲ ਗਾਣਾ ਹੈ ਲਾਈਕ ਇਹਦੇ ਵਿੱਚ ਦੋ ਤਿੰਨ ਸ਼ੋਰਟਸ ਹੋਣਗੇ ਬਟ ਦੂਸਰੀ ਵਾਰ ਜਦੋਂ ਮੈਂ ਇਸ ਹੁੱਕ ਨੂੰ ਸੁਣ ਰਿਹਾ ਨਾ ਦੂਸਰੀ ਵਾਰ ਜਦੋਂ ਇਹ ਹੁੱਕ ਡ੍ਰੋਪ ਹੋਇਆ ਆਈ ਕੈਨ ਰਿਅਲਾਈਜ਼ ਕਿ ਭਾਈ ਇਹ ਹੁੱਕ ਕਿੰਨਾ 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 ਤਗੜਾ ਹੈ ਯਾਰ ਅਮੇਜ਼ਿੰਗ ਹੱਥ ਰੱਬ ਦੇ ਨਹੀਂ ਮੈਂ ਸਾਨ ਵਾਂਗੂ ਐਰੀਆਂ ਤੇ ਫਿਰਾ ਚੜਦਾ ਹੋ ਨਹੀਂ ਮੈਂ ਸਾਨ ਵਾਂਗੂ ਐਰੀਆਂ ਤੇ ਫਿਰਾ ਚੜਦਾ ਇਹ ਚੱਡੀਆਂ ਚ ਪੁੱਛਾਂ ਲੈ ਕੇ ਜਾਣ ਦੱਬ ਦੇ
ਇਹ ਚੱਡਿਆ ਚ ਪੁੱਛਾ ਲੈ ਕੇ ਜਾਨ ਦੱਬਦੇ ਯੂ ਨੋ ਬਰੋ ਇਹ ਕਿੰਨਾ ਬਰੂਟਲ ਹੈ ਮੈਂ ਐਕਸਪਲੇਨ ਨਹੀਂ ਕਰ ਸਕਦਾ ਬਟ ਜੋ ਸਮਝਿਆ ਉਹ ਸਮਝਿਆ ਮੈਂ ਸਾੜ ਵਾਂਗੂ ਵੈਰੀਆਂ ਤੇ ਫਿਰਾ ਚੜਦਾ ਅਮੇਜ਼ਿੰਗ ਯਾਰ ਅਮੇਜ਼ਿੰਗ ਬਹੁਤ ਸਹੀ ਬਹੁਤ ਤਗੜਾ ਰਿਪਲਾਈ ਹੈ ਯਾਰ ਕਦੇ ਵੱਗ ਨਾਲ ਬਣਦਾ ਨਹੀਂ ਔਰਾ ਨੱਡੀਏ ਔਰੇ ਵਾਲਿਆਂ ਨੂੰ ਬੰਦਿਆਂ ਦੀ ਲੋੜ ਨਾ ਪਵੇ ਇਹ ਸਾਮੀਆਂ ਦੀ ਭਾਲ ਵਿੱਚ ਯੋ ਸੁੱਠੂ ਸ਼ਿਟ ਬ੍ਰੋ ਕਹਿੰਦਾ ਕਦੇ ਵੱਗ ਨਾਲ ਬਣਦਾ ਨਹੀਂ ਔਰਾ ਮਤਲਬ ਲਾਲ ਕਤੂੜੀ ਜੀ ਲੈ ਕੇ ਚੁੱਕੇ ਰੱਖੀ ਹੈ ਤੁਸੀਂ ਤੇ ਉਹਦਾ ਔਰਾ ਨਹੀਂ ਵੱਧਦਾ ਬ੍ਰੋ ਔਰਾ ਨੱਡੀਏ ਔਰੇ ਵਾਲਿਆਂ ਨੂੰ ਬੰਦਿਆਂ ਦੀ ਲੋੜ ਨਾ ਪਵੇ ਇਹ ਸਾਮੀਆਂ ਦੀ ਭਾਲ ਵਿੱਚ ਰਹਿੰਦੇ ਜਦੋਂ ਪੈਰ ਸਾਡਾ ਤਾਈਓ ਇਹਨਾਂ ਖੱਚਾਂ ਨਾਲ ਜੋੜ ਸਿੱਧੂ ਮੂਸੇਵਾਲਾ ਸਭ ਤੋਂ ਪਹਿਲਾਂ ਲੈ ਕੇ ਆਇਆ ਸੀ ਪ੍ਰੇਮ ਢਿੱਲੋਂ ਨੂੰ ਇੰਡਸਟਰੀ ਦੇ ਵਿੱਚ ਯਾਰ ਕਹਿੰਦਾ ਜਿਸ ਬੰਦੇ ਨੇ ਇਹਨਾਂ ਨੂੰ ਸਪੋਰਟ ਕੀਤੀ ਇਹਨਾਂ ਨੇ ਉਹਦੇ ਵੀ ਡੰਡੀ ਵੱਡੀ ਹੋਈ ਲੈ ਪ੍ਰੇਮ ਢਿੱਲੋਂ ਨੇ ਆਪਣਾ ਬੋਂਡ ਕੈਂਸਲ ਕਰਵਾਇਆ ਸੀ ਕੁਝ ਹਨਾ ਅਗੇਂਸਟ ਵੀ ਬੋਲਿਆ ਸੀ ਬਹੁਤ ਚੀਜ਼ਾਂ ਹੋਈਆਂ ਸੀ ਨਾ ਬਿਟਵੀਨ ਇਹਨਾਂ ਦੇ ਉਹ ਯਾਰ ਕਿਆ ਲਾਈਨਸ ਕਿਆ ਚੀਜ਼ਾਂ ਬਾਈ ਇਟਸ ਅ ਪ੍ਰੋਪਰ ਡਿਸਚਾਰਜ ਵੀ ਕੈਨ ਸੇ ਯਾਰ ਵਿਦਆਊਟ ਐਨੀ ਬੈਡ ਵਰਡ ਇਨ ਦਿਸ ਹੋਲ ਸੌਂਗ ਜਿੱਥੇ ਤੱਕ ਅਜੇ ਤੱਕ ਮੈਂ ਸੁਣਿਆ ਬਟ ਹਾਂ ਡਬਲ ਮੀਨਿੰਗਸ ਕੁਛ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਬਟ ਇਟਸ ਅ ਬਰੂਟਲ ਐਸ ਫੱਕ ਯੂ ਆਲ ਨੋ ਬਰੋ ਇਹ ਗਾਣਾ ਇੰਨਾ ਕੁ ਤਗੜਾ ਬਰੂਟਲ ਲਿਰੀਕਲੀ ਅਮੇਜ਼ਿੰਗ ਹੈ ਅਤੇ ਇੰਨਾ ਕੈਚੀ ਹੈ ਨਾ ਲਾਈਕ ਜਿਹੜਾ ਬੰਦਾ ਜਿਸ ਬੰਦੇ ਦੇ ਡਿਸ ਟੈਗ ਹੈ ਨਾ ਉਹਦੇ ਵੀ ਮੂੰਹ 'ਤੇ ਚੜ ਜਾਣਾ ਇਹ ਗਾਣਾ ਲਾਈਕ ਪ੍ਰੇਮ ਢਿੱਲੋਂ ਸੁਣੇਗਾ ਉਹਦੇ ਵੀ ਮੂੰਹ 'ਤੇ ਗਾਣਾ ਚੜ ਜਾਣਾ ਇੰਨਾ ਕੈਚੀ ਹੈ ਪਿੱਛੋਂ ਪਹਿਲਵਾਨ ਹੁੰਨੇ ਆ ਪਰ ਦੱਸਦੇ ਨੀ ਲਾਕੇ ਚ ਖਚੈਲ ਵੱਜਦੇ ਨੀ ਮੈਂ ਸਾਨ ਵਾਂਗੂ ਵੈਰੀਆਂ ਤੇ ਫਿਰਾਂ ਚੱਲ ਮਜਿਆਲ ਤੋਂ ਖਚੈਲ ਉਹ ਕਹਿੰਦੇ ਪਿੱਛੋਂ ਪਹਿਲਵਾਨ ਹੁੰਨੇ ਆ ਲਾਈਕ ਉਹਦਾ ਕੋਈ ਗਾਣਾ ਹੈ ਮੈਨੂੰ ਯਾਦ ਨਹੀਂ ਆ ਰਿਹਾ ਪ੍ਰੇਮ ਢਿੱਲੋਂ ਦਾ ਪਹਿਲਵਾਨੀ ਕੁਝ ਤਾਂ ਕਰਦੇ ਰਹੇ ਆ ਵਾਈਸ ਤਾਂ ਉਹ ਯਾਰ ਟੋਪੀ ਬਹੁਤ ਕੰਨ ਦਰਦ ਕਰਨ ਦੇ ਯਾਰ ਪਰ ਕਿਆ ਕਰੀਏ ਠੀਕ ਨਹੀਂ ਹੈਗੀ ਸਿਹਤ ਥੋੜ੍ਹੀ ਜਿਹੀ ਨਾ ਅਤੇ ਕਹਿੰਦੇ ਪਿੱਛੋਂ ਪਲਵਾਨ ਵੱਜਦੇ ਆ ਪਰ ਪਿੰਡ ਵਿੱਚ ਦੱਸ ਦੇਣੀ ਪਿੰਡ 'ਚ ਖਚੈਲ ਵੱਜਦੇ ਖਚੈਲ ਯਾਨੀ ਕਿ ਖੱਚਰ ਯੂ ਆਲ ਨੋ ਲਾਈਕ ਹੀ ਐਵੇਂ ਵਿਲੀਅਮ ਮਾਰਨ ਵਾਲੇ ਕੁੜੀ ਐਵੇਂ ਪਰ ਦੱਸ ਦੇਣੀ ਲਾਕੇ 'ਚ ਖਚੈਲ ਵੱਜਦੇ ਨੀ ਮੈਂ ਸਾਨ ਵਾਂਗੂ ਵੈਰੀਆਂ ਤੇ ਫਿਰਾਂ ਚੜਦਾ ਹਾਂ ਨੀ ਮੈਂ ਸਾਨ ਵਾਂਗੂ ਵੈਰੀਆਂ ਤੇ ਫਿਰਾਂ ਚੜਦਾ ਹਾਂ ਇਹ ਚੱਡਿਆਂ 'ਚ ਪੁੱਛਾਂ ਲੱਗ ਜਾਣ ਦੱਬਦੇ ਨੀ ਮੈਂ ਸਾਨ ਵਾਂਗੂ ਵੈਰੀਆਂ ਤੇ ਫਿਰਾਂ ਚੜਦਾ ਹਾਂ ਇਹ ਚੱਡਿਆਂ 'ਚ ਪੁੱਛਾਂ ਲੱਗ ਜਾਣ ਦੱਬਦੇ ਇਹਦੇ ਜਿਹੜੇ ਮੇਰੇ ਤੋਂ ਲਿਖਾਏ ਹੋ ਗਏ 100 ਮਿਲੀ ਪਾਰ ਜਿਹੜੇ ਖੁਦ ਲਿਖੇ ਇਹਦੇ ਤੋਂ 50 ਨਹੀਂ ਹੋਏ ਮੇਰੇ 15 ਸਾਲਾਂ ਤੋਂ ਸਿਮ ਯਾਰ ਦੇ ਵਿਚਾਰੇ ਇੱਥੋਂ 6 ਮਹੀਨੇ ਕਿਸੇ ਨਾਲ ਟਪਾ ਨਹੀਂ ਹੋਏ True shit, bro. If you are true, that you will get true friends. If you are not true, if you are not a right person, you will get snitches in your life. That's a fact, bro. But ye har kisi ke saath nahi hota, but kehnda tu like 15 matlab like 6 mahine kise yaar na nikade 15 saal to katte hi yaar rakhe yaar main nahi yaar
ਆਸਾਨ ਵਾਂਗੂ ਐਰੀਆਂ ਤੇ ਫਿਰਾਂ ਚੜਦਾ ਇਹ ਚੱਡੀ ਅੱਜ ਪੁੱਛਾਂ ਲੈ ਕੇ ਜਾਣ ਰੱਬ ਦੇ ਨੀ ਮੈਂ ਆਸਾਨ ਵਾਂਗੂ ਐਰੀਆਂ ਤੇ ਫਿਰਾਂ ਚੜਦਾ ਇਹ ਚੱਡੀ ਅੱਜ ਪੁੱਛਾਂ ਲੈ ਕੇ ਜਾਣ ਰੱਬ ਦੇ ਓਹ ਵਾਹ ਵਾਹ amazing production once again yaar ਰਵਾਲ ਦੰਦੂ ਬ੍ਰੋ ਜਿੱਦੀ ਜਨਰੇਸ਼ਨ ਹੈ ਇਹਦੇ ਨਾਲ ਪੰਗਾ ਨਹੀਂ ਲੈਣਾ ਜਿੱਦੀ ਜਨਰੇਸ਼ਨ ਦਾ ਪੰਗਾ ਨਹੀਂ ਲੈਣਾ ਯੂ ਆਲ ਨੋ ਮਦਰਫਕਰ ਨਵਾਲ ਦੰਦੂ ਕ੍ਰੇਜ਼ੀ ਬ੍ਰੋ ਹਰ ਚੀਜ਼ ਦਾ ਰਿਪਲਾਈ ਦੇਤਾ ਕਿੰਨੀ ਚੀਜ਼ਾਂ ਦਾ ਰਿਪਲਾਈ ਦੇਤਾ ਬਹੁਤ ਬਰੂਟਲੀ ਤਰੀਕੇ ਦੇ ਨਾਲ ਲਾਈਕ ਅਗਲੇ ਬੰਦੇ ਨੂੰ ਡਾਊਨ ਕੀਤਾ ਐਂਡ ਇਸ ਗੇਮ ਮੇ ਉੱਪਰ ਜਾਤੇ ਹੋ ਨਵਾਲ ਦੰਦੂ ਬਟ ਆਈ ਜਸਟ ਵਾਂਟ ਟੂ ਟੈਲ ਯੂ ਬਾਈ ਇਸ ਬੰਦੇ ਕੋਲ ਗੇਮ ਖੇਲਣ ਦੀ ਕੋਈ ਜ਼ਰੂਰਤ ਨਹੀਂ ਬਟ ਜਿਹੜਾ ਬੰਦਾ ਔਖਾ ਹੋਏਗਾ ਸਾਡੇ ਅੱਗੇ ਮੂੰਹ ਸਾਡੇ ਅੱਗੇ ਕੋੜਾ ਹੋਏਗਾ ਲਾਈਕ ਸਾਡੇ ਨਾਲ ਬੋਲੇਗਾ ਫਾਲਤੂ ਤੇ ਉਹਨੂੰ ਚੱਕਣਾ ਹੀ ਹੈ ਲਾਈਕ ਨਵਾਲ ਨੇ ਇੱਕ ਲਾਈਨ ਲਿਖੀ ਹੋਈ ਹੈ ਕਿ ਲਾਈਕ ਯਾਰ ਜਿਹੜੇ ਮੈਂ ਲਿਖੇ ਗੀਤੇ 100 ਮਿਲੀ ਪਾਤ ਜਿਹੜੇ ਤੂੰ ਆਪ ਲੈ ਗਏ ਉਹ ਪੰਜਾਬੀ ਨਹੀਂ ਹੋਏ ਲਾਈਕ ਅਮੇਜ਼ਿੰਗ ਲਾਈਨਸ ਯਾਰ ਲਾਈਕ ਹੋ ਸਕਦਾ ਇਹਨਾਂ ਨੇ ਕਈ ਗਾਣੇ ਲਿਖੇ ਹੋਣ ਇਕੱਠੇ ਮੈਨੂੰ ਨਹੀਂ ਪਤਾ ਇਹਨਾਂ ਦਾ ਕੋਲੈਬੋਰੇਸ਼ਨ ਹੋ ਰੱਖਿਆ ਪਹਿਲਾਂ ਕਿ ਨਹੀਂ ਬਟ ਦਿਸ ਲਾਈਨ ਇਸ ਕ੍ਰੇਜ਼ੀ ਐਂਡ ਪੂਰਾ ਗਾਣਾ ਸਿਟ ਡਾਊਨ ਸਨ ਜਿਪ ਵਿੱਚ ਕਦਾ ਇਹਨੂੰ ਬਾਹਰ ਕੱਢਿਆ ਹੁਣ ਮੈਨੂੰ ਹੀ ਅਕਰਾਦ ਸ਼ਿਟ ਯਾਰ ਕੀ ਲਾਈਨਸ ਹੈ ਯਾਰ ਸੋ ਬਾਈ ਦਿਸ ਇਸ ਕ੍ਰੇਜ਼ੀ ਬ੍ਰੋ ਅਗਰ ਤੁਸੀਂ ਨਹੀਂ ਸੁਣਿਆ ਜਾਓ ਸੁਣੋ ਬੜਾ ਮਜ਼ਾ ਆਉਣੇ ਵਾਲਾ ਗਾਣੇ 'ਚ ਅੱਜ ਹੀ ਰਿਲੀਜ਼ ਹੋਇਆ ਜਸਟ ਗਾਣਾ ਚਾਰ ਪੰਜ ਘੰਟੇ ਪਹਿਲਾਂ ਹੀ ਬਸ ਇਹਦਾ ਮਿਊਜ਼ਿਕ ਵੀਡੀਓ ਹਜੇ ਤੱਕ ਨਹੀਂ ਆਇਆ ਓਕੇ ਕੰਪੋਜ਼ਰ ਰੈਟਰੋ ਐਕਸ ਦੇ ਵੇ ਓਕੇ ਲਿਰਿਸਿਸਟ ਨਵਾਨ ਕੰਪੋਜ਼ਰ ਕੋਈ ਹੋਰ ਹੈਗਾ ਯਾਰ ਓ ਠੀਕ ਹੈ ਬ੍ਰੋ ਦਿਸ ਇਜ਼ ਦ ਐਂਡ ਆਫ ਦ ਵੀਡੀਓ ਅਭੀ ਕੇ ਲੀਏ ਬਤਨਾ ਹੀ ਮਿਲਤੇ ਹੈ ਨੈਕਸਟ ਵੀਡੀਓ ਮੇਂ ਫਿਰ ਨਿਊ ਔਨ ਦ ਚੈਨਲ ਡੂ ਸਬਸਕ੍ਰਾਈਬ ਫੋਰ ਫਰਦਰ ਅਪਡੇਟ ਐਂਡ ਕਮੈਂਟ ਮੀ ਡਾਊਨ ਕੌਨ ਸੇ ਗਾਣੇ ਕੇ ਉਪਰ ਰਿਐਕਸ਼ਨ ਵੀਡੀਓ ਚਾਹਤੇ ਪੰਜਾਬੀ ਹਿੰਦੀ ਇੰਗਲਿਸ਼ ਜਿਹੜੇ ਮੈਨੂੰ ਸਮਝਾਉਂਦੇ ਆ ਦੈਲ ਸੈਂਡ ਮੀ ਆਈ ਵਿਲ ਮੇਕ ਦ ਰਿਐਕਸ਼ਨ ਵੀਡੀਓਜ਼ ਸੋ ਦਿਸ ਇਜ਼ ਦ ਐਂਡ ਮਿਲਤੇ ਨੈਕਸਟ ਵੀਡੀਓ ਮੇਂ ਜੈ ਹਿੰਦ ਜੈ ਭਾਰਤ ਭਾਈ ਜਾਨ